ਸ਼ਿਵ ਕੇ ਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਸਾ ਹੈ ਤੁਸੀਂ ਸਭ ਠੀਕ ਹੋਵੋਗੇ। ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਭੈਣ ਦਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ, ਤੇ ਇੱਕ ਪ੍ਰਸ਼ਨ ਦਾ ਸਵਾਲ ਜੋ ਕਿ ਉਸ ਭੈਣ ਨੇ ਸਾਡੇ ਨਾਲ ਇੰਸਟਾਗ੍ਰਾਮ ਉੱਪਰ ਪੁੱਛਿਆ। ਹੋ ਸਕਦਾ ਹੈ ਇਹ ਸਵਾਲ ਬਹੁਤ ਸਾਰੇ ਵੀਰਾਂ ਦੇ ਮਨ ਦੇ ਵਿੱਚ ਹੋਵੇ, ਤਾਂ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ, ਤਾਂ ਕਿ ਜੇਕਰ ਤੁਹਾਡੇ ਵੀ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਤਾਂ ਉਹ ਸਵਾਲ ਦਾ ਜਵਾਬ ਤੁਹਾਨੂੰ ਮਿਲ ਸਕੇ। ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਇਹ ਕਿੱਸਾ ਸਾਡੀ ਇੱਕ ਭੈਣ ਨੇ ਸਾਡੇ ਨਾਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਜੀ। ਉਹ ਭੈਣ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਜੈ ਸਾਈਂ ਜੀ ਦੀ, ਵੀਰੇ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਮੇਰਾ ਸ਼ਹਿਰ ਤੇ ਹਬੋਰ ਹੈ ਪਰ ਹੁਣ ਮੈਂ ਬੁਲਾਡੇ ਰਹਿੰਦੀ ਹਾਂ, ਉੱਥੇ ਮੇਰੀ ਸ਼ਾਦੀ ਹੋਈ ਹੋਈ ਹੈ। ਤਾਂ ਜਦੋਂ ਮੇਰੀ ਸ਼ਾਦੀ ਹੋਈ ਸੀ ਤੇ ਮੈਂ ਆਪਣੇ ਸਹੁਰੇ ਘਰ ਆ ਕੇ ਪੀਰਾਂ ਫਕੀਰਾਂ ਦੀ ਸੇਵਾ ਕਰਨਾ ਚਾਹੁੰਦੀ ਸੀ, ਉਹ ਮੈਂ ਕੀਤੀ ਵੀ। ਮੈਂ ਆਪਣੇ ਘਰ ਪੀਰਾਂ ਫਕੀਰਾਂ ਦੀ ਸੇਵਾ ਕਰਦੀ ਸੀ, ਮੈਂ ਸਾਈਂ ਜੀ ਨੂੰ ਵੀ ਮੰਨਦੀ ਸੀ। ਮੈਂ ਨਕੋਦਰ ਦਰਬਾਰ ਸਾਈਂ ਜੀ ਦੀ ਕਿਰਪਾ ਦੇ ਨਾਲ ਬਹੁਤ ਵਾਰੀ ਜਾ ਚੁੱਕੀ ਹਾਂ ਤੇ ਸਾਈਂ ਜੀ ਦੀ ਕਿਰਪਾ ਦੇ ਨਾਲ ਮੈਨੂੰ ਉੱਥੋਂ ਬਹੁਤ ਕੁਝ ਮਿਲਿਆ। ਉਹ ਭੈਣ ਦੱਸਦੀ ਹੈ ਕਿ ਦਿਲ ਨੂੰ ਏਦਾਂ ਹੁੰਦਾ ਸੀ ਕਿ ਹਰ ਵੀਰਵਾਰ, ਈਵਨ ਕਿ ਹਰ ਦਿਨ ਆਪਾਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਈਏ ਤੇ ਉੱਥੇ ਜਾ ਕੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਸੀ। ਇਸੇ ਕਰਕੇ ਜਦੋਂ ਮੈਂ ਵਿਆਹੀ ਨਹੀਂ ਸੀ ਤੇ ਮੇਰੇ ਘਰ ਦੇ ਥੋੜ੍ਹਾ ਹੀ ਨਜ਼ਦੀਕ ਇੱਕ ਪੀਰਾਂ ਫਕੀਰਾਂ ਦੀ ਦਰਗਾਹ ਬਣੀ ਹੋਈ ਸੀ, ਮੈਂ ਉੱਥੇ ਜਾ ਕੇ ਸਲਾਮ ਕਰਦੀ ਸੀ ਤੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਸੀ। ਮੇਰੇ ਘਰਦਿਆਂ ਨੇ ਮੈਨੂੰ ਇੱਦਾਂ ਕਰਨ ਤੋਂ ਉਹ ਭੈਣ ਕਹਿੰਦੀ ਕਦੀ ਨਹੀਂ ਰੋਕਿਆ, ਪਰ ਉਹ ਭੈਣ ਕਹਿੰਦੀ ਕਿ ਜਦੋਂ ਮੇਰਾ ਵਿਆਹ ਹੋਇਆ ਤੇ ਮੈਂ ਸਹੁਰੇ ਘਰ ਗਈ, ਉੱਥੇ ਜਾ ਕੇ ਮੈਂ ਆਪਣੀ ਸਾਰੀ ਗੱਲਬਾਤ ਕਿ ਮੈਂ ਆਪਣੇ ਪੀਰਾਂ ਫਕੀਰਾਂ ਨੂੰ ਮੰਨਦੀ ਹਾਂ ਤੇ ਮੈਂ ਹਰ ਰੋਜ਼ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਣਾ ਚਾਹੁੰਦੀ ਹਾਂ, ਇਹ ਸਾਰੀ ਗੱਲਬਾਤ ਆਪਣੇ ਪਤੀ ਦੇ ਨਾਲ ਸਾਂਝੀ ਕੀਤੀ। ਪਹਿਲਾਂ ਤਾਂ ਉਹ ਭੈਣ ਕਹਿੰਦੀ ਕਿ ਮੇਰੇ ਪਤੀ ਨੇ ਇਸ ਗੱਲ ਬਾਰੇ ਕੋਈ ਵੀ ਜਵਾਬ ਨਹੀਂ ਦਿੱਤਾ ਕਿ ਜਾਇਆ ਕਰ ਜਾਂ ਨਾ ਜਾਇਆ ਕਰ। ਉਹ ਭੈਣ ਕਹਿੰਦੀ ਕਿ ਮੈਂ ਸੋਚਿਆ ਆਪਣੇ ਪਤੀ ਨੂੰ ਪੁੱਛ ਕੇ ਹੀ ਜਾਵਾਂਗੀ। ਜਦੋਂ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ ਤਾਂ ਇੱਕ ਦਿਨ ਉਹ ਭੈਣ ਕਹਿੰਦੀ ਵੀਰਵਾਰ ਆਇਆ, ਮੇਰੇ ਦਿਲ ਨੂੰ ਬਹੁਤ ਖਿੱਚ ਪਈ ਕਿ ਮੈਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਵਾਂ। ਉਹ ਭੈਣ ਕਹਿੰਦੀ ਕਿ ਮੈਂ ਉੱਥੇ ਪਤਾ ਕੀਤਾ ਕਿ ਪੀਰਾਂ ਫਕੀਰਾਂ ਦਾ ਦਰਬਾਰ ਕਿਤੇ ਨਜ਼ਦੀਕ ਹੈ ਜਾਂ ਨਹੀਂ। ਉਹ ਭੈਣ ਕਹਿੰਦੀ ਕਿ ਥੋੜ੍ਹਾ ਦੂਰ ਇੱਕ ਪੀਰਾਂ ਫਕੀਰਾਂ ਦਾ ਦਰਬਾਰ ਸੀ ਜਿੱਥੇ ਪਿੰਡ ਦੇ ਕਾਫੀ ਲੋਕ ਵੀ ਜਾਂਦੇ ਸੀ ਤੇ ਸ਼ਹਿਰੋਂ ਵੀ ਕਾਫੀ ਲੋਕ ਆਉਂਦੇ ਸੀ। ਉਹ ਭੈਣ ਨੇ ਸੋਚਿਆ ਕਿ ਮੈਂ ਵੀਰਵਾਰ ਉੱਥੇ ਜਾਉਂਦੀ ਹਾਂ। ਉਹ ਭੈਣ ਕਹਿੰਦੀ ਕਿ ਮੈਂ ਆਪਣੇ ਪਤੀ ਨੂੰ ਦੱਸਿਆ ਸੀ, ਇਸੇ ਕਰਕੇ ਉਹ ਭੈਣ ਕਹਿੰਦੀ ਮੈਂ ਆਪਣੇ ਸੱਸ ਸਹੁਰੇ ਨੂੰ ਵੀ ਕਿਹਾ ਕਿ ਮੈਂ ਅੱਜ ਵੀਰਵਾਰ ਹੈ, ਅੱਜ ਮੈਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਣਾ ਹੈ। ਉਹ ਭੈਣ ਕਹਿੰਦੀ ਕਿ ਮੇਰੀ ਸੱਸ ਨੇ ਕਿਹਾ ਕਿ ਅੱਜ ਨਾ ਜਾ, ਫਿਰ ਕਿਸੇ ਦਿਨ ਚਲੀ ਜਾਈ। ਉਹਨਾਂ ਨੇ ਮੈਨੂੰ ਉੱਥੇ ਜਾਣ ਤੋਂ ਰੋਕ ਦਿੱਤਾ। ਉਹ ਭੈਣ ਕਹਿੰਦੀ ਕਿ ਮੈਂ ਗੱਲ ਮੰਨ ਕੇ ਉਸ ਦਿਨ ਨਹੀਂ ਗਈ, ਪਰ ਉਹ ਭੈਣ ਕਹਿੰਦੀ ਮੇਰਾ ਦਿਲ ਬਹੁਤ ਕਰਦਾ ਸੀ ਕਿ ਮੈਂ ਜਾਵਾਂ, ਪਰ ਉਹਨਾਂ ਦਾ ਕਿਹਾ ਮੰਨਣਾ ਵੀ ਜ਼ਰੂਰੀ ਸੀ, ਇਸੇ ਕਰਕੇ ਉਹ ਭੈਣ ਕਹਿੰਦੀ ਕਿ ਮੈਂ ਨਹੀਂ ਗਈ। ਜਦੋਂ ਭੈਣ ਕਹਿੰਦੀ ਅਗਲਾ ਵੀਰਵਾਰ ਆਇਆ ਤੇ ਮੈਂ ਦਰਬਾਰ ਜਾਣਾ ਸੀ, ਉਹ ਭੈਣ ਕਹਿੰਦੀ ਕਿ ਮੈਂ ਆਪਣੀ ਸੱਸ ਨੂੰ ਫੇਰ ਕਿਹਾ ਕਿ ਮੈਂ ਦਰਬਾਰ ਤੇ ਜਾਣਾ, ਅੱਜ ਮੇਰਾ ਦਿਲ ਬਹੁਤ ਕਰਦਾ ਪਿਆ। ਤਾਂ ਉਹ ਭੈਣ ਕਹਿੰਦੀ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਵੀਰਵਾਰ ਨੂੰ ਪੀਰਾਂ ਦੇ ਦਰਬਾਰ ਤੇ ਨਹੀਂ ਜਾਣਾ ਕਿਉਂਕਿ ਇਹ ਪਿੱਛੇ ਲੱਗ ਜਾਂਦੇ ਨੇ, ਜੇਕਰ ਆਪਾਂ ਇਹਨਾਂ ਨੂੰ ਇੱਕ ਵਾਰ ਮੰਨ ਲਈਏ ਤੇ ਫਿਰ ਮੰਨਣਾ ਹੀ ਪੈਂਦਾ, ਇਦਾਂ ਨਹੀਂ ਕਿ ਆਪਾਂ ਇਹਨਾਂ ਨੂੰ ਬਾਅਦ ਦੇ ਵਿੱਚ ਛੱਡ ਸਕਦੇ ਹਾਂ। ਤਾਂ ਉਹ ਭੈਣ ਕਹਿੰਦੀ ਮੈਂ ਇਦਾਂ ਕਦੀ ਨਹੀਂ ਸੋਚਿਆ ਸੀ। ਭੈਣ ਕਹਿੰਦੀ ਕਿ ਮੈਨੂੰ ਪਤਾ ਸੀ ਕਿ ਇਦਾਂ ਕੁਝ ਨਹੀਂ ਹੁੰਦਾ, ਆਪਾਂ ਜਦੋਂ ਤੱਕ ਪੀਰਾਂ ਮੁਰਸ਼ਦਾਂ ਨੂੰ ਚਾਹੀਏ ਮੰਨ ਸਕਦੇ ਹਾਂ। ਇਹ ਸਭ ਗੱਲਾਂ ਨੇ ਜੋ ਵੀ ਸੱਚੇ ਦਿਲੋਂ ਇਹਨਾਂ ਨੂੰ ਮੰਨਦਾ ਇਹ ਉਹਨਾਂ ਨੂੰ ਸਭ ਕੁਝ ਦਿੰਦੇ ਨੇ,
ਇਸੇ ਕਰਕੇ ਇਹ ਪਿੱਛੇ ਪੈਣ ਵਾਲੀ ਗੱਲ ਝੂਠ ਹੈ। ਤਾਂ ਉਹ ਭੈਣ ਕਹਿੰਦੀ, ਮੈਂ ਆਪਣੀ ਸੱਸ ਨੂੰ ਕਿਹਾ ਕਿ ਇਦਾਂ ਕੁਝ ਨਹੀਂ ਹੁੰਦਾ। ਮੇਰੇ ਪਤੀ ਨੂੰ ਵੀ ਮੈਂ ਸਮਝਾਇਆ, ਉਹਨਾਂ ਦੇ ਵਾਰ ਵਾਰ ਰੋਕਣ ਤੇ ਵੀ। ਮੈਂ ਜਿੰਨਾ ਹੋ ਸਕਦੀ ਸੀ, ਉਹ ਭੈਣ ਕਹਿੰਦੀ ਕਿ ਦਰਬਾਰ ਤੇ ਜਾਂਦੀ ਸੀ, ਰੋਜ਼ ਨਹੀਂ ਜਾਇਆ ਜਾਂਦਾ ਸੀ, ਪਰ ਵੀਰਵਾਰ ਤੇ ਵੀਰਵਾਰ। ਉਹ ਭੈਣ ਕਹਿੰਦੀ ਕਿ ਮੈਂ ਦਰਗਾਹ ਤੇ ਜਾਂਦੀ ਸੀ। ਉਹ ਭੈਣ ਕਹਿੰਦੀ ਕਿ ਬਾਅਦ ਦੇ ਵਿੱਚ ਮੇਰੀ ਸੱਸ ਤੇ ਸਹੁਰੇ ਨੇ ਮੈਨੂੰ ਰੋਕਣਾ ਬੰਦ ਕਰ ਦਿੱਤਾ, ਤੇ ਹੁਣ ਮੇਰਾ ਜਦੋਂ ਦਿਲ ਕਰਦਾ ਮੈਂ ਉੱਥੇ ਜੋ ਨਜ਼ਦੀਕ ਦਰਬਾਰ ਬਣਿਆ ਹੋਇਆ ਉੱਥੇ ਜਾ ਕੇ ਸਲਾਮ ਕਰਦੀ ਰਹਿੰਦੀ ਹਾਂ। ਮੈਨੂੰ ਅੱਜ ਤੱਕ ਨਾ ਤੇ ਕਿਸੇ ਨੇ ਤੰਗ ਕੀਤਾ ਤੇ ਨਾ ਹੀ ਪਿੱਛੇ ਪੈਣ ਵਾਲੀ ਗੱਲ ਅੱਜ ਤੱਕ ਸੱਚ ਲੱਗੀ ਹੈ। ਤਾਂ ਇਹ ਭੈਣ ਬਿਲਕੁਲ ਠੀਕ ਕਹਿੰਦੀ ਹੈ। ਆਪਾਂ ਜਦੋਂ ਤੱਕ ਚਾਹੀਏ ਆਪਣੇ ਮੁਰਸ਼ਦ ਪੀਰ ਨੂੰ ਸੱਚੇ ਦਿਲੋਂ ਮੰਨ ਸਕਦੇ ਹਾਂ, ਪਰ ਜੋ ਸੱਚੇ ਦਿਲੋਂ ਮੰਨਦਾ ਉਹ ਬਾਅਦ ਦੇ ਵਿੱਚ ਛੱਡਦਾ ਤੇ ਨਹੀਂ। ਇਹ ਸੀ ਅੱਜ ਦੀ ਵੀਡੀਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਨੇ, ਉਹਨਾਂ ਦੇ ਮੁਰੀਦ ਬੈਠੇ ਨੇ, ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ। ਧੰਨਵਾਦ, ਬਹੁਤ ਬਹੁਤ ਧੰਨਵਾਦ।